ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਹਿਬ ਸਿੰਘ ਅੱਜ ਗੁਰਦੁਆਰਾ ਦਰਸ਼ਨ ਵਿੱਚ ਆਪ ਸਭ ਸੰਗਤਾਂ ਨੂੰ ਲੈ ਚੱਲਿਆ ਹਾਂ ਭਾਈ ਡੱਲਾ ਜੀ ਦੇ ਘਰ। ਭਾਈ ਡੱਲਾ ਜੀ ਦਾ ਘਰ ਜੋ ਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਸਭਾਏਮਾਨ ਹੈ। ਤਲਵੰਡੀ ਸਾਬੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੱਕਾ ਪਿੰਡ ਤੋਂ ਆਏ ਸਨ, ਜੋ ਤਲਵੰਡੀ ਤੋਂ 10 ਕੋਹ ਦੀ ਦੂਰੀ 'ਤੇ ਸਥਿਤ ਹੈ। ਗੁਰੂ ਜੀ ਦਾ ਆਉਣਾ ਸੁਣ ਕੇ ਭਾਈ ਡੱਲੇ ਨੇ ਨਗਰ ਅਤੇ ਹੋਰ ਇਲਾਕਿਆਂ ਵਿੱਚੋਂ 400 ਵਿਅਕਤੀਆਂ ਨੂੰ ਨਾਲ ਲੈ ਕੇ ਤਲਵੰਡੀ ਤੋਂ 7 ਕੋਹ ਬਾਹਰ ਆ ਕੇ ਗੁਰੂ ਜੀ ਦਾ ਸਵਾਗਤ ਕੀਤਾ। ਮੌਜੂਦਾ ਬੰਗੀ ਨਿਹਾਲ ਸਿੰਘ ਵਾਲਾ ਨਗਰ ਵਿਖੇ ਇਸ ਦੀ ਯਾਦਗਾਰ ਮੌਜੂਦ ਹੈ। ਉਸ ਸਮੇਂ ਇੱਥੇ ਕੋਈ ਆਬਾਦੀ ਨਹੀਂ ਸੀ। ਤਲਵੰਡੀ ਸਾਬੋ ਪੁੱਜਣ 'ਤੇ ਭਾਈ ਡੱਲਾ ਸਿੰਘ ਨੇ ਗੁਰੂ ਜੀ ਨੂੰ ਬਹੁਤ ਆਦਰ ਸਤਿਕਾਰ ਨਾਲ ਨਗਰ ਵਿੱਚ ਲਿਆਂਦਾ। ਭਾਈ ਡੱਲਾ ਸਿੰਘ ਨੇ ਗੁਰੂ ਜੀ ਨੂੰ ਆਪਣੇ ਕਿਲ੍ਹੇ ਵਿੱਚ ਨਿਵਾਸ ਰੱਖਣ ਦੀ ਬੇਨਤੀ ਕੀਤੀ, ਪਰੰਤੂ ਗੁਰੂ ਸਾਹਿਬ ਜੀ ਨੇ ਦਮਦਮਾ ਸਾਹਿਬ ਦੇ ਅਸਥਾਨ 'ਤੇ ਹੀ ਟਿਕਾਣਾ ਕੀਤਾ। ਭਾਈ ਡੱਲਾ ਸਿੰਘ ਨੇ ਨਿਮਾਣਾ ਸਿੱਖ ਬਣ ਕੇ ਗੁਰੂ ਸਾਹਿਬ ਦੀ ਸੇਵਾ ਕੀਤੀ ਅਤੇ ਹਕੂਮਤ ਦਾ ਡਰ ਕਦੇ ਨਾ ਮਨ ਵਿੱਚ ਆਉਣ ਦਿੱਤਾ। ਜਦੋਂ ਸੂਬਾ ਸਰਹੰਦ ਵਜੀਦ ਖਾਨ ਨੇ ਗੁਰੂ ਜੀ ਨੂੰ ਆਪਣੇ ਕੋਲ ਤਲਵੰਡੀ ਰੱਖਣ ਬਾਰੇ ਭਾਈ ਡੱਲਾ ਸਿੰਘ ਨੂੰ ਧਮਕੀ ਭਰਿਆ ਪੱਤਰ ਲਿਖਿਆ ਤਾਂ ਭਾਈ ਡੱਲਾ ਸਿੰਘ ਨੇ ਨਿਰਭੈਤਾ ਨਾਲ ਵਜੀਦ ਖਾਨ ਨੂੰ ਉਸ ਦਾ ਉੱਤਰ ਦਿੱਤਾ। ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਭਾਈ ਡੱਲਾ ਜੀ ਦੇ ਘਰ ਗੁਰੂ ਸਾਹਿਬ ਦੀਆਂ ਪਈਆਂ ਅਮੁੱਲ ਬੇਕੀਮਤੀ ਵਸਤਾਂ ਦੇ ਦਰਸ਼ਨ ਕਰਨ ਜ਼ਰੂਰ ਆਉਂਦੀਆਂ ਹਨ ਅਤੇ ਇਹ ਸੇਵਾ ਭਾਈ ਡੱਲਾ ਜੀ ਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਕਰਦਾ ਆ ਰਿਹਾ ਹੈ। ਤੇਗਾ ਇਹ ਅਤੇ ਅੰਤ ਸੁੰਦਰ ਤੇਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ, ਜਿਸ ਉੱਤੇ ਫਾਰਸੀ ਵਿੱਚ ਅੱਲਾ ਸ਼ਬਦ ਉਕਾਰਿਆ ਹੈ। ਮਿਆਨ 'ਤੇ ਮਖਮਲੀ ਕੱਪੜਾ ਚੜ੍ਹਿਆ ਹੈ, ਜਿਸ ਦੀ ਲੰਬਾਈ 1.5 ਗਜ ਹੈ, ਵਜ਼ਨ 3-4 ਕਿਲੋ ਹੈ। ਵੱਡੀ ਦਸਤਾਰ, ਇਹ ਦਸਤਾਰ ਅਤ ਬਰੀਕ ਸੂਤ ਦੀ ਬਣੀ ਹੋਈ ਹੈ। ਹੁਣ ਇਸ ਦਾ ਰੰਗ ਉੜ ਚੁੱਕਾ ਹੈ, ਜੋ ਹਲਕੇ ਮੋਤੀਏ ਵਰਗਾ ਪ੍ਰਤੀਤ ਹੁੰਦਾ ਹੈ। ਛੋਟੀ ਦਸਤਾਰ, ਇਹ ਦਸਤਾਰ ਦਸਮ ਗੁਰੂ ਜੀ ਦੀ ਛੋਟੀ ਦਸਤਾਰ ਹੈ, ਜਿਸ ਦੀ ਵਰਤੋਂ ਗੁਰੂ ਸਾਹਿਬ ਜੀ ਕੇਸਕੀ ਦੇ ਤੌਰ 'ਤੇ ਕਰਦੇ ਸਨ। ਵੱਡਾ ਚੋਲਾ, ਇਹ ਮਹੀਨ ਮਲਮਲ ਦਾ ਬਣਿਆ ਹੋਇਆ ਹੈ, ਵੱਡਾ ਚੋਲਾ ਹੈ, ਜਿਸ ਦਾ ਰੰਗ ਭੂਸਲਾ ਜਿਹਾ ਹੈ। ਛੋਟਾ ਚੋਲਾ, ਇਹ ਦਸਮ ਗੁਰੂ ਜੀ ਦਾ ਛੋਟਾ ਚੋਲਾ ਮਹੀਨ ਮਸਮਲ ਦਾ ਬਣਿਆ ਹੋਇਆ ਹੈ। ਬਾਜ ਦੀ ਡੋਰ, ਇਹ ਡੋਰ ਦਸਮ ਗੁਰੂ ਜੀ ਦੇ ਬਾਜ ਦੀ ਡੋਰ ਹੈ, ਜੋ 2 ਗਜ ਲੰਬੀ ਹੈ ਅਤੇ ਰੰਗ ਨਾਭੀ ਹੈ, ਇੱਕ ਪਾਸੇ ਦਾ ਫੁੱਲ ਝੜ ਗਿਆ ਹੈ। ਰੇਬ ਪਜਾਮਾ, ਇਹ ਪਜਾਮਾ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੈ, ਜੋ ਬਾਰੀਕ ਕੱਪੜੇ ਦਾ ਬਣਿਆ ਹੋਇਆ ਹੈ ਅਤੇ ਇਸ ਪਜਾਮੇ ਦਾ ਰੰਗ ਪੀਲਾ ਹੈ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦੱਖਣ ਵੱਲ ਕੂਚ ਕਰਨ ਤੋਂ ਬਾਅਦ ਭਾਈ ਡੱਲਾ ਸਿੰਘ ਨੇ ਦਮਦਮਾ ਸਾਹਿਬ ਦੇ ਅਸਥਾਨ ਨੂੰ ਗੁਰੂ ਜੀ ਦੀ ਯਾਦਗਾਰ ਵਜੋਂ ਸਥਾਪਿਤ ਕਰਨ ਹਿੱਤ ਬਾਬਾ ਦੀਪ ਸਿੰਘ ਜੀ ਨੂੰ ਪੂਰਨ ਸਹਿਯੋਗ ਦਿੱਤਾ। ਉਹਨਾਂ ਨੇ 2069 ਵਿਘੇ ਕੱਚੇ ਜ਼ਮੀਨ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਭੇਟ ਕੀਤੀ ਸੀ। ਉਮੀਦ ਕਰਦੇ ਹਾਂ ਜੀ ਆਪ ਸਭ ਸੰਗਤਾਂ ਨੂੰ ਸਾਡਾ ਇਹ ਉਪਰਾਲਾ ਜ਼ਰੂਰ ਪਸੰਦ ਆਵੇਗਾ। ਵਧੇਰੇ ਵੀਡੀਓ ਵੇਖਣ ਲਈ ਕਿਰਪਾ ਕਰਕੇ ਸਾਡੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।